ਤੁਸੀਂ ਦੇਖ ਰਹੇ ਹੋ ਦੁਆਬਾ ਮੇਲ ਤੇ ਮੈਂ ਤੁਹਾਡੇ ਨਾਲ ਸੁਦੇਸ਼ ਕੁਮਾਰੀ। ਨਸ਼ੇ ਦੀ ਭੇਟ ਚੜਿਆ ਇੱਕ ਹੋਰ 22 ਸਾਲਾ ਨੌਜਵਾਨ। ਪਿੰਡ ਦੇ ਸਰਪੰਚ ਨੇ ਕਿਹਾ ਕਿ ਸਿਆਸੀ ਸ਼ੈ ਕਾਰਨ ਨਸ਼ਾ ਤਸਕਰਾਂ ਖਿਲਾਫ ਨਹੀਂ ਹੁੰਦੀ ਕੋਈ ਕਾਰਵਾਈ। ਨਸ਼ੇ ਨੇ ਲਈ ਇੱਕ ਹੋਰ ਨੌਜਵਾਨ ਦੀ ਜਾਨ। ਪਿੰਡ ਠੱਕਰ ਸੰਧੂ ਦਾ 22 ਸਾਲਾ ਦਾ ਨੌਜਵਾਨ ਦਲਜੀਤ ਸਿੰਘ ਜੋ ਕਿ ਨਸ਼ੇ ਦਾ ਆਦੀ ਸੀ, ਅੱਜ ਉਸਦੀ ਨਹਿਰ ਦੇ ਕੰਢੇ ਲਾਸ਼ ਪਈ ਮਿਲੀ। ਮੌਕੇ ਤੇ ਪਹੁੰਚੀ ਪੁਲਿਸ ਵੱਲੋਂ ਲਾਸ਼ ਨੂੰ ਆਪਣੇ ਕਬਜ਼ੇ 'ਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। मृतक नौजवान के पिता वरिंदर सिंह अते माता ने दसिया कि साडा बेटा सवेरे काम ते गया सी पर रात वापस नहीं आया। उसनू काफी लभन तो बाद उसके लापता होने की असी रिपोर्ट थाने करवाई सी। अज सवेरे सानू किसी ने दसिया कि तुहाडे बेटे की लाश नहर के कंडे पई है। साडी सरकार तो मंग है कि नशे जल्द तो जल्द बंद होने चाहिए हैं। उत्थे पिंड दे सरपंच अजीत सिंह अते पिंड वासियां ने कहा कि पिछलियां सरकारां तां नशे नूं बंद नहीं कर सकियां, लेकिन जो आम आदमी पार्टी वल्लों दावा कीता गया सी ओह वी इस मामले विच फेल हुंदी नज़र आ रही है। उन्हां कहा कि असल विच सियासी मिली भगत भी नशा वेचण वालियां नूं बचाउंदी है। उत्थे ही पुलिस अधिकारी दा कहना सी कि नौजवान दी नशे दी ओवरडोस नाल मौत होई है अते उन्हां वल्लों लाश नूं कब्जे च लै पोस्टमार्टम करवाया जा रहा है अते मामला दर्ज कर अगली कानूनी कार्रवाई की जाएगी। दुआबा मेल दे नाल गुरदासपुर तो लवप्रीत सिंह खुशीपुर की विशेष रिपोर्ट। गया वा रोटी लैके गया वा नाल ते फिर शामां नूं वापस नहीं आया। इन्ना नहीं हुण सानूं पता वी रात को की खादा पीता वा की कीता वा, इन्ना सानूं नहीं पता। ते रात ओह नहीं आया घर वापस। किन्नी उम्र है तेरे? 22 साल। कोई शक नहीं किसे ने कर दिया? ਬਾਹਰ ਤਾਂ ਹੁਣ ਸਾਨੂੰ ਪਤਾ ਨਹੀਂ ਗਾ ਕਿਹਦੇ ਲਾਗੇ ਬੈਠਾ ਕਿਹਦੇ ਲਾਗੇ ਖਲੋਤਾ ਕੀ, ਸਾਨੂੰ ਕੋਈ ਪਤਾ ਨਹੀਂ। ਰਾਤ ਅਸੀਂ ਲੱਭਦੇ ਰਹੇ ਹਾਂ, ਸਾਰੀ ਰਾਤ ਲੱਭਦੇ ਰਹੇ ਹਾਂ, ਕੋਈ ਪਤਾ ਨਹੀਂ ਲੱਗਾ। ਸਵੇਰੇ ਫਿਰ ਤੜਕੇ ਲੱਭਣ ਗਏ, ਫਿਰ ਕਿਸੇ ਨੇ ਦੱਸਿਆ ਵੀ ਤੁਹਾਡਾ ਮੁੰਡਾ ਤਾਂ ਨਹਿਰੇ ਲੱਗੇ ਪਿਆ ਵਾ। ਅਤੇ ਜਿਹੜਾ ਇਹ ਪੁੱਤ ਜਾਣ ਡਏ ਇਹਨਾਂ ਦਾ ਬੰਦ ਕਰ ਦੁਨੀਆਂ ਦੇ ਉੱਤੇ। ਅਸੀਂ ਇਹੋ ਸਾਡੀ ਮੰਗ ਵਾ ਵੀ ਨਸ਼ੇ ਦਾ ਬਹੁਤ ਵਾ ਚੱਕਰ, ਹਾਂ ਸਾਡੀ ਹੋਰ ਕੋਈ ਮੰਗ ਨਹੀਂ। ਨਹਿਰਾਂ 'ਤੇ ਵੇਖਦਾ ਇੱਥੇ ਵੇਖਦਾ, ਹਾਂ ਸਾਨੂੰ ਕੋਈ ਪਤਾ ਨਹੀਂ ਲੱਗਦਾ। ਹਾਂ ਆਉਂਦੇ ਆ ਪੜਾ ਜਾਂਦੇ ਆ, ਭਗਾਉਂਦਾ ਮਾਪਿਆਂ ਦਾ ਸਹਾਰਾ ਸੀਗਾ। ਚਲੋ ਜੰਮੀ ਦੇ ਪਲੀ ਦੀ ਵੀ ਸਾਡੇ ਹੋਣਗੇ, ਵੱਡੇ ਸਾਡੀ ਸੇਵਾ ਕਰਨਗੇ। ਅਤੇ ਅਸੀਂ ਤਾਂ ਇਹੋ ਚਾਹੁੰਦੇ ਹਾਂ ਵੀ ਇਹ ਸਾਨੂੰ ਭਗਵਤਮਾਨ ਨਸ਼ਾ ਬੰਦ ਕਰੇ। ਮੈਂ ਇਹ ਕਹਿਣਾ ਚਾਹੁੰਦਾ, ਸਰਕਾਰਾਂ ਬੜੀਆਂ ਆਈਆਂ ਅਤੇ ਬੜੀਆਂ ਗਈਆਂ। ਜਿਹੜੀ ਸਰਕਾਰ ਆਈ ਆ ਉਹ ਦਾਵਾ ਕਰਦੀ ਰਹੀ ਨਸ਼ਾ ਬੰਦ ਕਰਾਂਗੇ, ਪਰ ਹਕੀਕਤ ਦੇ ਵਿੱਚ ਅਮਲ ਦੇ ਵਿੱਚ ਕੋਈ ਸਰਕਾਰ, ਨਾ ਕਾਂਗਰਸ, ਨਾ ਅਕਾਲੀ, ਨਾ ਆ ਹੋਣ ਵਾਲੀ ਸਰਕਾਰ ਆਮ ਆਦਮੀ ਪਾਰਟੀ ਦੀ, ਇਹ ਨਸ਼ੇ ਦੇ ਉੱਤੇ ਕਾਬੂ ਪਾਉਣ ਦੇ ਵਿੱਚ ਬਿਲਕੁਲ ਫੇਲ ਰਹੀਆਂ ਨੇ। ਇਸ ਕਰਕੇ ਜਿਵੇਂ ਹੁਣ ਇਹਦਾ ਅਲਵਿੰਦਰ ਦਾ ਜਵਾਨ ਬੇਟਾ ਨਸ਼ਾ ਕਰਦਾ ਸੀ, ਉਹ ਕੱਲ੍ਹ ਕਿਤੇ ਕੰਮ 'ਤੇ ਗਿਆ, ਰਾਤ ਘਰ ਨਹੀਂ ਆਇਆ। ਉਹਦੀ ਸਵੇਰੇ ਮੈਨੂੰ ਕਿਤੋਂ ਟੈਲੀਫੋਨ ਆਇਆ ਵੀ ਡੈੱਡ ਬਾਡੀ ਪਈ ਨਹਿਰੇ, ਜਾ ਕੇ ਮੈਂ ਪੁਲਿਸ ਨੂੰ ਟੈਲੀਫੋਨ ਕੀਤਾ। ਮੈਂ ਆਪ ਵੀ ਮੌਕਾ 'ਤੇ ਗਿਆ ਅਤੇ ਸਾਬਤ ਹੋਇਆ ਵੀ ਅਲਵਿੰਦਰ ਦਾ ਮੁੰਡਾ ਜਿਹੜਾ ਵੱਡਾ ਵਾ ਦੀਪੂ, ਉਹਦੀ ਡੈੱਡ ਬਾਡੀ ਪਈ ਆ। ਪੁਲਿਸ ਕਾਰਵਾਈ ਕਰ ਰਹੀ ਆ। ਹੁਣ ਹਾਲਾਤ ਪੰਜਾਬ ਦੇ ਇੱਦਾਂ ਦੇ ਬਣ ਗਏ ਨੇ ਕਿ ਔਰਤਾਂ ਕੰਨਾਂ ਤੋਂ ਬੁੱਚੀਆਂ, ਉਂਗਲਾਂ ਤੋਂ ਖਾਲੀ, ਬਾਹਾਂ ਤੋਂ ਖਾਲੀ ਡਿਊਟੀਆਂ 'ਤੇ ਜਾ ਰਹੀਆਂ ਜਾਂ ਬਾਜ਼ਾਰ ਜਾ ਰਹੀਆਂ। ਇਹ ਨਹੀਂ ਪਤਾ ਕਿਹੜੇ ਵੇਲੇ ਕਿਹਨੂੰ ਝਪਟ ਲੈਣਾ। ਕੋਈ ਫਰਿਆਦ ਨਹੀਂ, ਕੋਈ ਦਾਤ ਨਹੀਂ, ਕੋਈ ਇਹਦੇ 'ਤੇ ਕੰਟਰੋਲ ਨਹੀਂ। ਅਤੇ ਇਕੱਲੀ ਪੁਲਿਸ ਵੀ ਕੀ ਕਰੇ, ਅਸੀਂ ਲੋਕ ਪੁਲਿਸ ਦਾ ਵੀ ਸਾਥ ਨਹੀਂ ਦੇ ਰਹੇ। ਲੋਕ ਘਬਰਾਉਂਦੇ ਨੇ, ਕਿਉਂ? ਪੋਲੀਟੀਕਲ ਦਖਲ ਬੜਾ ਵਾ। ਜਿਹਦਾ ਤੁਸੀਂ ਨਾਂ ਲੈ ਦਿਓਗੇ ਉਹਦੀ ਦੁਸ਼ਮਣੀ ਪੈ ਜੂਗੀ ਅਤੇ ਉਹਦਾ ਬਣਦਾ ਵੀ ਕੱਖ ਨਹੀਂ ਗਾ। ਇਸ ਕਰਕੇ ਸਰਕਾਰਾਂ ਫੇਲ ਨੇ। ਭਗਵੰਤ ਮਾਨ ਕੀ ਸੁਨੇਹਾ ਦੇਣਾ ਚਾਹੁੰਦਾ? ਮੈਂ ਉਹਨੂੰ ਇਹ ਕਹਿਣਾ ਚਾਹੁੰਦਾ, ਭਗਵੰਤ ਜੀ ਜੋ ਤੁਸੀਂ ਵਾਅਦੇ ਕੀਤੇ ਆ ਉਹ ਵਾਅਦੇ ਪੂਰੇ ਕਰੋ। ਬਲਕਾਰ ਸਿੰਘ SI ਥਾਣਾ ਸੇਵਾ ਤਨਾਤ ਆ, ਉਹਨੂੰ ਫੋਨ ਆਇਆ ਸੀ ਕਾਮਰੇਡ ਰਜੀਤ ਸਿੰਘ ਸੰਧੂ ਜਿਹੜੇ ਠੱਕਰ ਸੰਧੂ ਦੇ ਆ, ਕਿ ਸਾਡੇ ਪਿੰਡ ਦਾ ਦਲਜੀਤ ਸਿੰਘ ਪੁੱਤਰ ਅਲਵਿੰਦਰ ਸਿੰਘ
कौम मेरा ये नशे करन दा आदी आ ते इहदी वध नशा डोज होण करके इहदी मौत हो गई आ ते नहर ते डेड बॉडी दी पई आ जिस ते बलकार सिंह समेत पुलिस पार्टी उत्थे पहुंचा वा ते जिहदी बलकार सिंह अपने वल्लों किसी नामनूम व्यक्ति के खिलाफ वध इहदा नशा वध डोज लैण करके जिहड़ी होई आ किसी नामनूम व्यक्ति के खिलाफ इहदे परचा दर्ज किया वा लाश जी पोस्टमार्टम लिए सिविल अस्पताल बटाला भेजी है बाकी कार्रवाई अगलिया मुसलियां दी जा रही है। जी मैं कपिल ठाकुर एडवांस अमेरिकन तो अज ये वीडियो उन्होंने स्टूडेंट्स के लिए है जिन्होंने कि रीसेंटली हमने अपने ट्वेल्थ के एग्जाम कंप्लीट किए हैं हूँ आयल्स या पीटीई करने के लिए एक वधिया इंस्टीट्यूट की भाल के हो गए। स्टूडेंट्स मैं तुम्हें दस देव कि हूँ असी मुकेरिया के नाल नाल दसूहा दे विच भी अपना इंस्टीट्यूट ओपन कर चुके हाँ जिथे कि स्टूडेंट्स की बहुत एक भारी डिमांड सी कि असी मुकेरिया के नाल उन्होंने दसूहा दे विच भी आयल्स और पीटी की कोचिंग दे सकीए। सो स्टूडेंट्स जेकर तुसी भी फस्ट अटैम्प्ट दे विच अपना आयल्स या पीटी का एग्जाम क्लीयर करना चाहते हो तो साडे मुकेरिया ऑफिस या फिर दसूहा ऑफिस दे विच आके विजिट कर सकते हो अते डिजायरेबल स्कोर तुसी लै सकते हो। दैट्स माई चैलेंज कि तुसी फस्ट अटैम्प्ट दे विच ही अपना पीटी का और आयल्स का एग्जाम क्लीयर कर सकते हो। वधेरे जानकारी दे लई साडे हेठ दित्ते नंबरां दे उपर तुसी कॉन्टैक्ट कर सकते हो अते अपनी अपॉइंटमेंट भी बुक करवा सकते हो। थैंक यू।